ਅਸਲਾਮ ਅਲੈਕੁਮ ਵਿਊਅਰਸ, ਮੈਂ ਤੁਹਾਡਾ ਹਨੀ ਅਲਬੇਲਾ ਔਰ ਤੁਹਾਡੀਆਂ ਮੁਹੱਬਤਾਂ ਦਾ, ਤੁਹਾਡੇ ਪਿਆਰ ਦਾ ਹਮੇਸ਼ਾ ਸ਼ੁਕਰੀਆ ਅਦਾ ਕਰਨਾ ਔਰ ਤੁਹਾਡੀਆਂ ਜਿਹੜੀਆਂ ਮੁਹੱਬਤਾਂ ਨੇ ਹਮੇਸ਼ਾ ਸਾਡੇ ਨਾਲ ਨੇ ਔਰ ਹਮੇਸ਼ਾ ਸਾਡੇ ਨਾਲ ਰਹਿਣਗੀਆਂ। ਮੈਂ ਇਸ ਵਕਤ UK ਦੇ ਟੂਰ 'ਤੇ, ਤੁਹਾਨੂੰ ਪਤਾ ਸਭ ਨੂੰ, ਮੈਂ ਫੇਸਬੁੱਕ 'ਤੇ ਵੀ ਔਰ ਇਹਦੇ ਉੱਤੇ ਨਿਊਜ਼ ਵਗੈਰਾ 'ਤੇ ਵੀ ਹਰ ਜਗ੍ਹਾ ਸ਼ੋਜ਼ ਅਸੀਂ ਕਰ ਰਹੇ ਹਾਂ ਪੂਰੇ UK 'ਚ। ਬੜਾ ਮਜ਼ਾ ਆਇਆ, ਬੜਾ ਇੰਟਰਟੇਨ ਕੀਤਾ ਅਸੀਂ ਲੋਕਾਂ ਨੂੰ, ਕਿਉਂਕਿ ਸਾਡੀ ਡਿਊਟੀ ਮਾਲਕ ਨੇ ਲਾਈ ਹੈ ਕਿ ਉਦਾਸ ਚਿਹਰਿਆਂ ਦੇ ਉੱਤੇ ਮੁਸਕਰਾਹਟਾਂ ਜਿਹੜੀਆਂ ਨੇ ਉਹ ਸਾਨੂੰ ਵੇਖ ਕੇ ਆ ਜਾਂਦੀਆਂ ਨੇ। ਬੜਾ ਮਜ਼ਾ ਆਉਂਦਾ। ਔਰ ਦੇਖੋ, ਜ਼ਰੂਰੀ ਨਹੀਂ ਕਿ ਜਿਹੜੇ ਲੋਕ ਹਸਾਉਂਦੇ ਨੇ ਉਹ ਡਿਪਰੈਸ ਨਹੀਂ ਹੁੰਦੇ, ਉਹ ਵੀ ਡਿਪਰੈਸ ਹੁੰਦੇ ਨੇ ਕਿਉਂਕਿ ਉਹ ਇਨਸਾਨ ਨੇ। ਅਤੇ ਲਿਹਾਜ਼ਾ ਅੱਜ ਮੈਂ ਆਪਣਾ ਜ਼ਬਰਦਸਤ ਦਾ ਸੈੱਟ, ਜ਼ਬਰਦਸਤ ਦੇ ਆਪਣੀ ਟੀਮ ਦੇ ਲੋਕ ਬਹੁਤ ਮਿਸ ਕਰ ਰਹੇ ਹਾਂ ਔਰ ਮੇਰਾ ਦਿਲ ਕਰਦਾ ਸੀ ਕਿ ਪੂਰੀ ਟੀਮ ਹੀ ਆਵੇ, ਲੇਕਿਨ ਦੋ ਤਿੰਨ ਲੋਕ, ਦੋ ਤਿੰਨ ਦੋਸਤ ਜ਼ਬਰਦਸਤ ਟੀਮ ਦੇ ਮੇਰੇ ਨਾਲ ਆਏ ਨੇ। ਅਸੀਂ ਮਿਲ ਕੇ ਪੂਰਾ UK ਸ਼ੋਅ ਪਰਫੋਰਮ ਕਰਨੇ ਨੇ। ਅਤੇ ਅੱਜ ਮੈਂ ਹੈਗਾ ਬਰਮਿੰਘਮ, ਅੱਜ ਸਾਡਾ ਇੱਥੇ ਸ਼ੋਅ ਹੋਗਾ ਵੇ। ਅਤੇ ਯਾਦ ਆ ਰਹੀ ਸੀ ਦੋਸਤਾਂ ਦੀ, ਭਰਾਵਾਂ ਦੀ, ਉਹ ਲੋਕ ਜਿਹੜੇ ਤੁਹਾਡੇ ਨਾਲ ਜੁੜੇ ਹੁੰਦੇ ਨੇ, ਜਿਹੜੇ ਤੁਹਾਡੇ ਨਾਲ 24 ਆਵਰ ਕੰਮ ਕਰ ਰਹੇ ਹੁੰਦੇ ਨੇ ਔਰ ਉਹ ਤੁਹਾਡੇ ਨਾਲ, ਯਾਨੀ ਕਿ ਅਸੀਂ ਘਰ ਜਾਂਦੇ ਹਾਂ ਸਿਰਫ ਸੌਣ, ਵਾਪਸ ਦੁਬਾਰਾ ਫਿਰ ਅਸੀਂ ਆਪਣੇ ਉਸ ਕੰਮ ਦੇ ਉੱਤੇ ਆ ਜਾਂਦੇ ਹਾਂ। ਅਤੇ ਅਸੀਂ 48-48 ਘੰਟੇ ਵੀ ਕੰਮ ਕੀਤਾ ਹੋਵੇ, ਸ਼ੋਜ਼ ਕੀਤੇ ਨੇ, ਲੇਕਿਨ ਉਹ ਥਕਾਵਟ, ਉਹ ਡਿਪਰੈਸ਼ਨ ਹੁੰਦਾ ਹੈ, ਲੇਕਿਨ ਕੰਮ 'ਚ ਇੰਨਾ ਮਜ਼ਾ ਆ ਰਿਹਾ ਹੁੰਦਾ ਹੈ ਅਤੇ ਸਾਨੂੰ ਉਹ ਸਾਰਾ ਕੁਛ ਸਾਨੂੰ, ਯਾਨੀ ਕਿ ਅਸੀਂ ਲੋਕਾਂ ਨੂੰ ਤਾਂ ਇੰਟਰਟੇਨ ਕਰ ਹੀ ਰਹੇ ਹੁੰਦੇ ਹਾਂ, ਅਸੀਂ ਨਾਲ ਖੁਦ ਵੀ ਇੰਟਰਟੇਨ ਹੋ ਰਹੇ ਹੁੰਦੇ ਹਾਂ। ਕੋਈ ਨਾ ਕੋਈ ਗੱਲ, ਕੋਈ ਨਾ ਕੋਈ ਸ਼ਰਾਰਤ ਅਸੀਂ ਤੁਰ ਪੈਂਦੀ ਹੈ ਨਾਲ। ਅਤੇ ਮੈਂ ਮੇਰੇ ਬੜੇ ਪਿਆਰੇ ਛੋਟੇ ਭਰਾ, ਸਾਡੇ ਡਾਇਰੈਕਟਰ ਜ਼ਬਰਦਸਤ ਦੇ ਹਸੀਬ ਸਜਾਦ ਖਾਨ ਸਾਹਿਬ, ਉਹਨਾਂ ਨੂੰ ਵੀ ਬਹੁਤ ਮਿਸ ਕਰ ਰਿਹਾ। ਮੇਰਾ ਬੜਾ ਛੋਟਾ ਭਰਾ ਹੈ ਔਰ ਬੜਾ ਪਿਆਰਾ, ਕਿਊਟ, ਟੈਲੈਂਟਡ, ਮੈਂ ਉਹਦੇ ਵਾਸਤੇ ਬੜਾ ਦੁਆਗੋ ਹਾਂ। ਔਰ ਫਿਰ ਮੇਰੇ ਵੱਡੇ ਭਾਈ ਵਸੀ ਸ਼ਾਹ ਸਾਹਿਬ, ਲਵਲੀ ਸ਼ਾਹ ਜੀ, ਬਹੁਤ ਮਿਸ ਕਰ ਰਹੇ ਸ਼ਾਹ ਜੀ। ਔਰ ਮਿਸ ਕਰਦਿਆਂ ਕਰਦਿਆਂ ਤੁਹਾਨੂੰ ਮੈਂ ਇੱਕ ਸ਼ੇਅਰ, ਤੁਹਾਡਾ ਹੀ ਸ਼ੇਅਰ ਤੁਹਾਨੂੰ ਡੈਡੀਕੇਟ ਕਰਨਾ ਚਾਹ ਰਿਹਾ ਕਿ ਉਬਲਤੇ ਪਾਣੀ ਮੇ ਚਿਹਰਾ ਨਜ਼ਰ ਨਹੀਂ ਆਤਾ, ਉਬਲਤੇ ਪਾਣੀ ਮੇ ਚਿਹਰਾ ਨਜ਼ਰ ਨਹੀਂ ਆਤਾ, ਤੁਮਹਾਰਾ ਗੁੱਸਾ ਜਬ ਉਤਰੇ ਤੋ ਬਾਤ ਕਰ ਲੈਣਾ ਜਾਂ ਯਾਦ ਕਰ ਲੈਣਾ। ਤੋ ਸ਼ਾਹ ਜੀ ਕੇ ਸਾਥ ਮੇਰਾ ਬੜਾ ਅੱਛਾ ਕੰਬੀਨੇਸ਼ਨ ਹੈ, ਬਾਕੀ ਪੂਰੀ ਟੀਮ ਕੇ ਸਾਥ ਵੀ ਹੈ, ਲੇਕਿਨ ਵਸੀ ਸ਼ਾਹ ਸਾਹਿਬ ਕੇ ਸਾਥ ਐਕਸਕਲੂਸਿਵ, ਐਸਾ ਪਿਆਰ ਹੈ, ਐਸੇ ਨਫੀਸ, ਐਸੇ ਪਿਆਰੇ, ਐਸਾ ਸੋਫਟ ਆਦਮੀ ਮੈਨੇ ਆਪਣੀ ਲਾਈਫ ਮੇ ਨਹੀਂ ਦੇਖਾ ਕਿ ਉਨਕੀ ਜ਼ੁਬਾਨ ਪੇ, ਉਨਕੇ ਚਿਹਰੇ ਪੇ ਕਭੀ ਵੀ ਕਿਸੀ ਚੀਜ਼ ਕੇ ਲੀਏ ਨਾ ਨਹੀਂ ਹੋਤੀ, ਕਿ ਨਾ ਨਹੀਂ ਹੁੰਦੀ ਕਿ ਇਹ ਚੀਜ਼ ਨਾ ਨਹੀਂ ਨਹੀਂ ਆ ਰਹਾ ਹੈ ਨਾ ਕਰੋ। ਉਹ ਕਹਿ ਰਹੇ ਓਕੇ 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 ਡਨ। ਇਸ ਵਕਤ ਆਪ ਪਿੱਛੇ ਸਕਰੀਨ ਪੇ ਦੇਖ ਰਹੇ ਹੈ ਮੇਰੇ ਬੜੇ ਭਾਈ, ਹਮਾਰੇ ਬੜੇ ਮੋਸਟ ਸੀਨੀਅਰ, ਹਮਾਰੇ ਲੈਜੈਂਡ ਜਨਾਬ ਪਰਵੇਜ਼ ਖਾਨ ਸਾਹਿਬ। ਖਾਨ ਸਾਹਿਬ, 2 ਮਿੰਟ ਅਗਰ ਆਪ ਮੈਨੂੰ ਦੇ ਦੇ ਤੋ ਆਪਣੇ ਸਾਥ ਮੈਂ ਕੁਛ ਚੀਜ਼ਾਂ ਡਿਸਕਸ ਕਰੂੰ, ਥੋੜ੍ਹਾ ਸਾ ਯਹਾਂ ਬੈਂਟ ਹੋਗੇ ਤੋ ਆਪ ਵੀ ਪੂਰੇ ਆ ਜਾਏਗੇ। ਪਰਵੇਜ਼ ਖਾਨ ਸਾਹਿਬ ਇੱਕ ਆਪਣੇ ਅੰਦਰ ਇੱਕ ਐਸੀ ਹਿਸਟਰੀ ਲੀਏ ਹੋਏ ਬੈਠੇ ਹੈ ਔਰ ਉਨਕੋ ਪਤਾ ਹੈ, ਮੈਂ ਤਾਰਫ ਤਾਂ ਤੁਹਾਨੂੰ ਕਰਾਤਾ ਹੈ ਲੇਕਿਨ ਇਹ ਤਾਰਫ ਨਹੀਂ ਕਰਾਇਆ ਕਿ ਇਹ ਸ਼ਖਸੀਅਤ ਕੌਣ ਨੇ। ਪਰਵੇਜ਼ ਖਾਨ ਸਾਹਿਬ ਹਮਾਰੇ ਜਿਤਨੇ ਲੈਜੈਂਡਸ ਉਹ ਗੁਜ਼ਰੇ ਹੈ, ਜਿਸ ਮੇਂ ਅਲਬੇਲਾ ਸਾਹਿਬ, ਅਮਾਨੁੱਲਾ ਸਾਹਿਬ, ਮਸਤਾਨਾ ਸਾਹਿਬ, ਬੱਬੂ ਬਰਾਲ ਸਾਹਿਬ, ਆਬਿਦ ਖਾਨ ਸਾਹਿਬ, ਤਾਰਿਕ ਜਾਵੇਦ ਸਾਹਿਬ ਮਰਹੂਮ, ਇਹ ਤਾਂ ਮਰਹੂਮ ਹੀ ਨੇ, ਇਨਕੇ ਲਈ ਹਮ ਦੁਆ ਗੋ ਹੈਂ। ਇਨਕੇ ਸਾਥ ਇਨਕਾ ਬਹੁਤ ਗੁਜ਼ਰਾ ਵਕਤ ਔਰ ਬੜਾ ਟਾਈਮ ਗੁਜ਼ਰਾ ਇਨਕੇ ਸਾਥ, ਖਾਨ ਸਾਹਿਬ ਨੇ ਬਹੁਤ ਕਾਮ ਕੀਆ ਪਰਵੇਜ਼ ਖਾਨ ਸਾਹਿਬ ਨੇ। ਔਰ ਦੂਜਾ
ਜਿਹੜੇ ਹਯਾਤ ਨੇ ਅੱਲਾਹ ਉਹਨਾਂ ਨੂੰ ਜ਼ਿੰਦਗੀ ਸਿਰ ਦੇਵੇ, ਸੁਹੇਲ ਅਹਿਮਦ ਸਾਹਿਬ ਨੇ, ਹੋਰ ਸਾਡੇ ਇਸ ਤਰ੍ਹਾਂ ਦੇ ਜਿੰਨੇ ਲੈਜੈਂਡਸ ਨੇ ਉਹਨਾਂ ਨਾਲ ਵੀ ਇਹਨਾਂ ਨੇ ਕੰਮ ਕੀਤਾ। ਖਾਸਾ ਉਸ ਵਕਤ ਕੇ ਦੌਰ ਮੇਂ ਜੋ ਲੈਜੈਂਡਸ ਲੋਕ ਥੇ ਉਨਕੇ ਸਾਥ ਵੀ ਆਪਨੇ ਕਾਮ ਕੀਆ, ਔਰ ਅਬ ਆ ਗਈ ਹੈ ਸੈਕਿੰਡ ਪੀੜ੍ਹੀ, ਥਰਡ ਪੀੜ੍ਹੀ, ਜਾਂ ਜੋ ਵੀ ਲਾ ਲਓ, ਹਮਾਰੇ ਸਾਥ ਵੀ ਆਪ ਲੋਕ ਕਾਮ ਕਰ ਰਹੇ ਹੈ, ਤੋ ਕਿਆ ਫਰਕ ਤੋ ਬਹੁਤ ਮਹਿਸੂਸ ਕਰ ਰਹੇ ਹੋਗੇ ਆਪ? ਫਰਕ ਤੋ ਇਤਨਾ ਹੈ ਕਿ ਜ਼ਮੀਨ ਆਸਮਾਨ ਪਹਿਲੇ ਮੁਹੱਬਤੇ ਸੀ, ਭਾਈਚਾਰਾ ਥਾ, ਕੋਈ ਮਤਲਬ ਕਿ ਕਾਮ ਨਹੀਂ ਕਰ ਰਹਾ ਤੋ ਦਮ ਕੇ ਜਿਸ ਕੋ ਵੋ ਨਹੀਂ ਕਰ ਰਹਾ ਉਸਕੋ ਪਤਾ ਨਾ ਚਲੇ, ਡਰਾਮੇ ਮੇਂ ਡਾਲ ਲੋ ਔਰ ਹਮਾਰਾ ਉਸਕੋ ਪੈਸੇ ਦੇ ਦੇਂਗੇ, ਕਿਸੀ ਉਸਕੋ ਵੀ ਨਾ ਪਤਾ ਚਲੇ ਉਸਕੀ ਇੱਜ਼ਤ। ਆਜ ਤੋ ਯੇ ਹੋ ਰਿਹਾ ਕਿ ਯੇ ਸਾਥ ਕਿਉਂ ਬੈਠਾ ਹੈ, ਯੇ ਕਿਸ ਲਈ ਤੋ ਬਰਬਾਦੀ ਹੋ ਰਹੀ ਦੁਨੀਆ ਕੀ। ਬਾਕੀ ਅਭੀ ਵੀ ਕੁਛ ਲੋਕ ਹੈ ਜਿਨਕੀ ਵੈਸੇ ਦੁਨੀਆ ਚੱਲ ਰਹੀ ਹੈ, ਕਾਮ ਚੱਲ ਰਿਹਾ ਹੈ, ਲੇਕਿਨ ਉਸ 1% ਰਹਿ ਗਏ, ਵਰਨਾ 99% ਯਹੀ ਲੋਕ ਹੋਤੇ ਥੇ ਜੋ ਜਬ ਡਰਾਮਾ ਵੀ ਸੁਪਰ ਹਿਟ ਹੋਤਾ ਥਾ ਔਰ ਪਿਆਰ ਮੁਹੱਬਤੇ ਵੀ ਥੀ, ਥੋੜ੍ਹੇ ਵੀ ਗੁਜ਼ਾਰ ਹੋ ਜਾਤੇ, ਸਭ ਤੋਂ ਕਿਸੀ ਕੋ ਲੱਖ ਦੇ ਦੇ, ਉਹ ਕਹਤੇ 1,10,000 ਹੋ, 10 ਖਰਚ ਨੂੰ ਲੱਖ ਸੇਵ ਕਰ ਲਓ, ਵਰਨਾ ਉਹ ਲੱਖ ਲੱਖ ਹੀ ਖਰਚ ਕਰ ਦੇਤੇ, ਜੈਸੇ ਹਮਾਰੇ ਪੈਗੰਬਰ ਫਰਮਾਤੇ ਹੈ ਕਿ ਦੁਨੀਆ 70 ਲੱਖ, ਅਬ ਵੀ ਇਹ ਨਹੀਂ ਰਹਾ, ਅਬ ਕਹਤੇ ਦੁਨੀਆ ਹੀ ਹੈ। ਇਸ ਲਈ ਦੁਨੀਆ ਬਰਬਾਦ ਹੁੰਦੀ ਜਾ ਰਹੀ ਹੈ, ਬਿਮਾਰੀਆਂ ਆ ਰਹੀਆਂ, ਪਰੇਸ਼ਾਨੀਆਂ ਆ ਰਹੀ ਹੈ, ਯੇ ਇਸ ਲਈ ਹੋ ਰਿਹਾ, ਸਭ ਕੋਈ ਇੱਕ ਦੂਸਰੇ ਦਾ ਅਹਿਸਾਸ ਨਹੀਂ ਹੈ, ਫੀਲਿੰਗ ਲੈਸ ਹੋ ਗਏ ਹਮ ਲੋਕ। ਜੀ ਜੀ ਅੱਛਾ ਖਾਨ ਸਾਹਿਬ, ਆਪਨੇ ਮਾਸ਼ਾਅੱਲਾ ਬਹੁਤ ਸਾ ਕੰਮ ਕੀਆ ਔਰ ਆਪ ਐਜ਼ ਹੀਰੋ ਵੀ ਆਏ ਫੀਲਡ ਮੇਂ। ਜੀ ਜੀ ਤੋ ਏਡੀ ਕਿਹੜੀ ਮੁਸੀਬਤ ਤੁਹਾਨੂੰ ਪਈ ਸੀ ਹੀਰੋ, ਬਾਕੀ ਇੱਧਰ ਉੱਧਰ ਹੋ ਗਏ ਸੁਣ ਕੇ ਤੁਸੀਂ ਹੀਰੋ ਵੀ ਕੀਤਾ ਥੀਏਟਰ ਦੇ ਉੱਤੇ? ਦੇਖੀ ਉਸ ਦੌਰ ਮੇਂ ਸਿਰਫ ਇੱਕ ਕਰੈਕਟਰ ਹੋਤਾ ਥਾ, ਨੌਕਰ ਕਾ ਵੋ ਸਾਥਾ ਥਾ, ਵਰਨਾ ਹੀਰੋ ਹੋਤਾ ਥਾ, ਬਾਪ ਹੋਤਾ ਥਾ, ਬੇਟੀ ਹੋਤੀ ਥੀ, ਭਾਈ ਹੋਤਾ ਥਾ, ਸੀਟ ਹੋਤਾ ਥਾ, ਯੇ ਲੋਕ ਸਾਥ ਹੀ ਨਹੀਂ ਥੇ, ਕੋਈ ਇਜਾਜ਼ਤ ਨਹੀਂ ਥੀ, ਫਿਕਰ ਯਾਦ ਕਰਨੇ ਪੜਤੇ ਥੇ। ਜਬ ਮੈਂ ਆਇਆ ਫੀਲਡ ਮੇਂ ਤੋ ਮੁਝੇ ਦੇਖਾ ਦੋਸਤੋ ਨੇ, ਯੇ ਮਹਿਮਾਨ ਲੋ ਸਭ ਸੇ ਬੜਾ ਪਿਆਰ ਕਰਤਾ ਥਾ, ਮੈਂ ਦੇਖਾ ਕਿ ਆਗਾ ਸਿਕੰਦਰ ਸਾਹਿਬ ਹੋਤੇ ਥੇ, ਵਸੀਮ ਅਬਾਸ, ਫਿਰ ਬਾਅਦ ਮੇਂ ਫਿਰਦੌਸ ਅਹਿਮਦ ਆਏ, ਯਾਨੀ ਕਿ ਹਮਾਰੇ ਵੋ ਲੈਜੈਂਡਸ ਜੋ ਇਸ ਵਕਤ ਟੀਵੀ ਪੇ, ਯਾਨੀ ਕਿ ਜੋ ਬ੍ਰਾਂਡਸ ਹੈ ਹਮਾਰੇ ਬਹੁਤ ਬੜੇ ਲੈਜੈਂਡਸ ਹੈ, ਉਹਨਾਂ ਨੇ ਵੀ ਥੀਏਟਰ ਕੀਆ ਹੋਇਆ। ਮੈਂ ਖੁਦ ਕੀਤਾ ਹੈ ਆਪਣਾ ਥੀਏਟਰ ਵਸੀਮ ਅਬਾਸ ਸਾਹਿਬ ਨਾਲ, ਫਿਰਦੌਸ ਜਮਾਲ ਸਾਹਿਬ, ਇਸਮਾਇਲ ਤਾਰਾ ਸਾਹਿਬ, ਜ਼ੇਬਾ ਸ਼ਨਾਜ਼ ਸਾਹਿਬਾ, ਔਰ ਬਾਕੀ ਤੋਂ ਜੋ ਹਮਾਰੇ ਯਾਨੀ ਕਿ ਲਾਹੌਰ ਕੇ ਆਰਟਿਸਟ ਹੈ ਉਨਕੇ ਸਾਥ, ਤਮਾਮ ਲੋਕਾਂ ਕੇ ਸਾਥ ਮੈਂ ਪਰਫਾਰਮ ਕੀਆ ਹੋਇਆ। ਤੋ ਬਾਕੀ ਆਪ ਵਾਲੀ ਜੋ ਬਾਤ ਬੜੀ ਵਜ੍ਹਾ ਹੈ ਕਿ ਵੋ ਜੋ ਕਦਰੇ ਹੈ, ਵੋ ਜੋ ਮੁਹੱਬਤੇ ਥੀ, ਆਪ ਕਹਿ ਰਹੇ ਹੀਰੋ ਕਿਉਂ ਆਏ ਥੇ, ਤੋ ਉਸਮੇਂ 3-4 ਲੋਕ ਇਸ ਤਰ੍ਹਾਂ ਹੀਰੋ ਕਰਤੇ ਥੇ, ਠੀਕ ਹੈ, ਆਪ ਕਿਉਂ ਕਰਤੇ ਥੇ ਉਸਮੇਂ ਹੀਰੋ? ਤਬ ਥੇ ਹੀਰੋ ਤੋ ਕਰਨੇ ਪੜਤਾ ਥਾ, ਹੀਰੋ ਅੱਲਾ ਨੇ ਬਣਾਇਆ ਥਾ। ਬੜਾ ਤੁਹਾਡਾ ਛੋਟੀ ਕੁਜੀ ਵਰਗਾ ਮੂੰਹ ਹੈ ਹੁਣ ਵੀ, ਬੜਾ ਵੱਡੇ ਲੋਟੇ ਵਰਗਾ ਮੂੰਹ ਹੈ ਤੁਹਾਡਾ ਹੁਣ ਵੀ, ਇਹ ਅੱਛਾ ਹੀਰੋ ਦੇ ਯੋਗਤਾ ਕਰਦੇ। ਜੀ ਜੀ, ਤੋ ਇਹ ਤਬ ਸੇ ਸ਼ੁਰੂ ਹੋ, ਤੋ ਆਪ ਕਹਿ ਰਹੇ ਥੀਏਟਰ ਇਨ ਲੋਗੋ ਨੇ ਵੀ ਕੀਆ, ਲੋਕ ਕੌਣ ਹੈ? ਥੀਏਟਰ ਪ੍ਰਿਥਵੀ ਰਾਜ ਨੇ ਕੀਆ, ਪਾਕਿਸਤਾਨ ਮੇਂ ਓਪਨ ਨੈਟ ਥੀਏਟਰ ਪ੍ਰਾਣ ਸਾਹਿਬ ਕਰਕੇ ਗਏ, ਕੌਮਨੀ ਕਾਸ਼ਿਲ ਦੁਆ ਕੇ ਬਾਰਾ ਅਥਰ ਜੋ ਹੀਰੋਇਨ ਉਹ ਕਰਕੇ ਗਏ, ਥੀਏਟਰ ਹੀ ਤਾਂ ਯੂਨਾਨ ਸੇ ਸ਼ੁਰੂ ਹੋਇਆ, ਉਸਕੇ ਬਾਅਦ ਹੀ ਉਸਕੋ ਨੋਟੰਕੀ ਕਾ ਪਾਕਿਸਤਾਨ ਮੇਂ ਨਾਮ ਦੀਆ, ਕਈ ਕੁਛ ਦੀਆ, ਥੀਏਟਰ ਹੀ ਸਭ ਕੁਛ ਹੈ। ਆਜ ਵੀ ਥੀਏਟਰ ਕਿਉਂ ਜ਼ਿੰਦਾ ਹੈ, ਹਾਲਾਂਕਿ ਅੱਛਾ ਨਹੀਂ ਹੋ ਰਿਹਾ ਥੀਏਟਰ, ਲੇਕਿਨ ਇਸ ਲਈ ਜ਼ਿੰਦਾ ਹੈ ਕਿ ਲਾਈਫ ਕਾਮ ਕੋਸ਼ਿਸ਼ ਹੈ ਖਾਨ ਸਾਹਿਬ, ਇਹ ਹੈ ਕਿ ਹਮ ਆਪਣੇ ਆਪਣੇ ਤਈ ਜੈਸਾ ਵੀ ਹੈ ਹਲਕਾ ਫੁਲਕਾ ਜਿਸ ਤਰ੍ਹਾਂ ਵੀ, ਲੇਕਿਨ ਲੋਕ ਇੰਟਰਟੇਨ ਹੋ ਰਹੇ, ਉਸਕੀ ਸਫਾਈ ਉਸਕੋ ਅੱਛਾ ਹਮ ਲੋਕੋਂ ਨੇ ਖੁਦ ਕਰਨਾ ਹੈ। ਤੋ ਮੈਂ ਬਾਤ ਕਰ ਰਿਹਾ ਥਾ ਕਿ ਖਾਸਾ UK ਅਸੀਂ ਜਦੋਂ ਦੇ ਆਏ ਹਾਂ ਅਤੇ ਦੋਸਤਾਂ 'ਚ ਅਸੀਂ ਮਿਲ ਰਹੇ ਹਾਂ, ਸ਼ੋਅ ਸਾਡੇ ਵੱਲ ਅਲਹਮਦੁਲਿਲਾ ਬਹੁਤ ਅੱਛੇ ਜਾ ਰਹੇ ਨੇ, ਫੈਮਿਲੀ ਵੀ ਆ ਰਹੀ ਹੈ ਬਹੁਤ, ਔਰ ਮੈਂ ਚਾਹ ਰਿਹਾ ਸੀ ਇੱਥੋਂ ਦੇ ਲੋਕਾਂ 'ਚ ਮੈਂ ਨਾ ਥੋੜ੍ਹਾ ਡਿਪਰੈਸ਼ਨ ਦੇਖਿਆ, ਕਿਉਂਕਿ ਕੰਮ ਵੀ ਭਾਵੇਂ ਕਰ ਰਹੇ ਨੇ, ਭਾਵੇਂ ਪੈਸੇ ਕਮਾ ਰਹੇ ਨੇ, ਲੇਕਿਨ ਖਾਨ ਸਾਹਿਬ ਆਪਣੀ ਮਿੱਟੀ ਦੀ ਜਿਹੜੀ ਯਾਦ ਹੈ, ਜੋ ਉਹ ਉੱਥੇ ਦੇ ਰਿਸ਼ਤੇ ਨੇ, ਜੋ ਤਾਲੁਕ ਨੇ, ਉਹ ਤੁਸੀਂ ਇੱਥੇ ਜਿੰਨੇ ਮਰਜ਼ੀ ਸੈੱਟ ਹੋ ਜਾਓ ਉਹ ਤੁਹਾਨੂੰ ਭੁੱਲ ਨਹੀਂ ਸਕਦੇ, ਹੈ ਨਾ? ਕੀ ਖਿਆਲ ਹੈ? ਮੈਂ 40 ਸਾਲ ਸੇ ਯਹਾਂ ਆ ਰਹਾ ਹੂੰ, ਜਬ ਮੈਂ ਸ਼ਾਦੀ ਵੀ ਨਹੀਂ ਹੋਈ ਥੀ, ਮੇਰੇ ਰਿਸ਼ਤੇ ਵੀ ਮਿਲਦੇ ਥੇ, ਯੇ ਵੋ, ਲੇਕਿਨ ਮੈਂ ਯਹਾਂ ਨਹੀਂ ਰਹਾ।
لیکن اللہ تعالیٰ نے آپ کو جہاں پیدا کیا ہے جی 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 آپ وہیں کے بوٹے ہیں وہیں سے پنگریں گے. ہم یہاں کے بلکہ میرے کئی دوست وہاں ایس ایچ او تھے اور یہاں پر اسٹور میں کام کر رہے ہیں. جی 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 بالکل. میں نام لوگ نہیں ہوئی سعید صاحب, کئی دوست ایسے تھے یہاں کے. میں کہ یار بادشاہ اور یو کے کی خواہش, یو کے جو ہے وہ بھی اللہ کی زمین ہے. پاکستان جو ہے نا اس سے بڑا ملک دنیا میں نہیں, کیونکہ وہاں پیدا ہوئے, اللہ نے وہاں پیدا کیا ہمیں. داتا صاحب نے فرمایا اپنی کتاب میں, ٹی وی پہ میں اکثر جب پڑھتا تھا, کہ دنیا کا سب سے خوبصورت شہر لاہور ہے. ان کی کتاب میں موجود ہے, اس میں کوئی شک نہیں تھا صاحب. لیکن آپ نے ایک چیز دیکھی ہوگی کہ جب ہم یہاں پہ شوز کر رہے ہیں, لوگوں کے چہرے پہ مسکراہٹیں, لوگ آ رہے ہیں, مل جل رہے ہیں, گپیں لگ رہی ہیں, کہہ کے فیملیز کے ساتھ, ٹھیک ہے جی, تو بڑا اچھا یعنی کہ ٹائم ہمارا الحمدللہ گزرا ہے. تو وقت کی بات ہے. جی جی. تو تھینک یو سو مچ, بہت بہت شکریہ, اینڈ بیسٹ آف لک آل. اپنا بہت خیال رکھیے گا. تھینک یو خان صاحب, آپ کی محبت کا شکریہ. اور جتھے رہو محبتاں بکھیرتے رہو, محبت ہی ہے اور ہور دنیا چ کوئی ایسی گل نہیں. ایک دوجے دے کم آؤ, پیار کرو, اپنے وہ رشتوں جڑے تر تو دور نے انہوں نے اپنے دنال, اپنے نال جوڑ لو. ٹھیک ہے جی, ایک بول پیش کراں گا, اس بعد اجازت لواں گا. آ سجنا رل کٹیاں بئیے تے وچھوڑے نوں اگلائی, منظور دلاں اے غم کھاندا کتے وچھڑیا نہ مر جائے. اپنا خیال رکھیے, اپنے ماں باپ کا خیال رکھیے, اگر وہ حیات ہیں تو بہت اچھا موقع ہے ان کی خدمت کر کے دنیا اور آخرت سوار لیں. یقین کریں آپ کو آپ کی زندگی آسان ہو جائے گی. اپنے ان رشتوں کو اپنے ساتھ جوڑ لیں جو آپ سے دور ہیں, بھائی بہن عزیز, جیڑا جو کردا نا انہوں کرن دیو. تسی اپنے کیتی دا حساب دینا ہے, اپنے آپ نو پازیٹو رکھو, بی پازیٹو. لو یو آل, اپنا خیال رکھیے گا. اللہ حافظ.